असलम तुम अपना दोस्त इमरान डीजे मैं जनाब ना ही इस वेला जेला वाँ तो ना ही इस बेला दीना वा मुगलाबाद शहर में मौजूद हाँ तो मेरे नाल जनाब इस वेला साकब साहब मौजूद न इन्ह जनाब हायर कंपनी ने बहुत ही बड़ी शॉप खोली है इन्होंने को मजीद पता करने कि यह जनाब ਕਿਆ ਸੋਚ ਕੇ ਤੁਸੀਂ ਇਤਨਾ بڑا ਕਾਰੋਬਾਰ ਸ਼ੁਰੂ ਕੀਤਾ ਇਮਰਾਨ ਸਾਹਿਬ ਸਭ ਤੋਂ ਬੜੀ ਵਜ੍ਹਾ ਆਤੇ ਸੀ ਕਿ ਮੁਗਲਾਬਾਦ ਵਿੱਚ ਕਾਰੋਬਾਰ ਸ਼ੁਰੂ ਕਰਨਾ ਸੀ ਕਿ ਅਸਾਂ ਨੇ ਲੋਕਾਂ ਕੀ ਇੱਕ ਫ੍ਰਿਜ ਇੱਕ ਵਾਸ਼ਿੰਗ ਮਸ਼ੀਨ ਜਾਂ ਐਲਈਡੀ ਚਾਹੀਨੇ ਦੀ ਸੀ ਸਭ ਤੋਂ ਪਹਿਲਾਂ ਜੋ ਜਨਾਬ ਉਹਨਾਂ ਜਾਣਾ ਪੈਣਾ ਸੀ ਪਿੰਡੀ ਜਾਂ ਲਾਹੌਰ ਜਾਂ ਜੇਲਮ ਜਾਂ ਦੀਨਾ ਜਾਂ ਚਕਵਾਲ ਫਿਰ ਉਸ ਨੇ ਵਿੱਚ ਨਾ ਆਮ ਬੰਦਾ ਜਿਹੜਾ ਇੱਥੇ ਜਾ ਰਿਹਾ ਉਸ ਨੇ ਰੇਟਸ ਇਤਨੇ ਆਈ ਹੋਣੇ ਸਨ ਕਿ ਉਸ ਬੰਦੇ ਕੀ ਸਮਝ ਕੋ ਨਹੀਂ ਸੀ ਆਉਣੀ ਚੀਰ ਲੈਣੀ ਇੱਕ ਮਜਬੂਰੀ ਸੀ ਠੀਕ ਹੈ ਅਸੀਂ ਇਹ ਸੋਚ ਕੇ ਇੱਕ ਐਮਜ਼ਨ ਚ ਲੈ ਕੇ ਮੁਗਲਾਬਾਦ ਦੇ ਸੈਟਅਪ ਸ਼ੁਰੂ ਕੀਤਾ ਕਿ ਅਸੀਂ ਇਲਾਕੇ ਦੇ ਲੋਕਾਂ ਕੀ ਫੈਸਿਲੀਟੇਟ ਕਰ ਗਿਆ ਬੇਸਿਕਲੀ ਬਹੁਤ ਜ਼ਿਆਦਾ ਲੋਕ ਐਸਾ ਸਵਾਲ ਕਰਨੇ ਇਤਨਾ ਬੜਾ ਸੈਟਅਪ ਤੁਸੀਂ ਮੁਗਲਾਬਾਦ ਬਣਾਇਆ ਕਿ ਸ਼ਹਿਰ ਚ ਬਣਾਵਾ ਰਹੇ ਹੋ ਜ਼ਿਆਦਾ ਪ੍ਰਾਫਿਟ ਸੀ ਜ਼ਿਆਦਾ ਕਸਟਮਰ ਆਣਾ ਸੀ ਲੇਕਿਨ ਅਸੀਂ ਦੱਸਿਆ ਕਿ ਹਰ ਬੰਦਾ ਸ਼ਹਿਰ ਚ ਬਣਾਣਾ ਲੇਕਿਨ ਆਪਣੇ ਮੁਲਕ ਵਿੱਚ ਇਲਾਕੇ ਤੇ ਕੋਈ ਬੰਦਾ ਨਹੀਂ ਨਾ ਰਹਿਣਾ ਅਸੀਂ ਬੇਸਿਕਲੀ ਇਹ ਜੈਨਸੀ ਕਿ ਆਪਰੇ ਇਲਾਕੇ ਦੇ ਲੋਕਾਂ ਕੀ ਫੈਸਿਲੀਟੇਟ ਕਰਨਾ ਉਹਨਾਂ ਕੀ ਕਾਰਨੇ ਅੰਦਰ ਜੋ ਚੀਜ਼ ਮੌਜੂਦ ਹੈ ਉਹਨਾਂ ਕੀ ਦੇਣੀ ਔਰ ਅੱਛੇ ਰੇਟ ਤੇ ਦੇਣੀ ਅਸੀਂ ਫਿਰ ਫੈਸਿਲੀਟੇਟ ਉਹਨਾਂ ਕੀ ਕਾਰ ਰਿਹਾ ਕੈਸ਼ ਤੇ ਦੇ ਰਹੇ ਆ ਤਿੰਨ ਮਹੀਨੇ ਨੇ ਕਿਸ਼ਤਾਂ ਤੇ ਦੇ ਰਹ ਬੰਦੇ ਦੀ ਰਿਕੁਆਇਰਮੈਂਟ ਹੈ ਉਸਨੇ ਮੁਤਾਬਕ ਪੂਰਾ ਕਰ ਰਹੇ ਆ ਔਰ ਰੇਟਸ ਜਿਹੜੇ ਨਸਾਂ ਨੇ ਤੁਸੀਂ ਕੰਪੇਅਰ ਲਾਹੌਰ ਜਾਂ ਪਿੰਡੀ ਨਾਲ ਕਰ ਸਕਣੀ ਹੋ ਅਸੀਂ ਇਹ ਦੀਨਾ ਜੇਲਮ ਜਾਂ ਡੋਮੇਲੀ ਨਾ ਕਹਣੇ ਅਸੀਂ ਕਹਿੰਦੇ ਕਿ ਲਾਹੌਰ ਜਾਂ ਪਿੰਡੀ ਨਾਲ ਅਸਾਂ ਨੇ ਰੇਟ ਕੰਪੇਅਰ ਯਾਨੀ ਕਿ ਤੁਸੀਂ ਕਿਸ ਤਰ੍ਹਾਂ ਦਾ ਵੀ ਸਮਾਨ ਦੇ ਰਹੇ ਹੋ ਜੀ ਜੀ ਬਿਲਕੁਲ ਅਸੀਂ ਕਿਸ ਤਰ੍ਹਾਂ ਕਰ ਰਹੇ ਹਾਂ ਲੇਕਿਨ ਕਿਸ ਤਰ੍ਹਾਂ ਦਾ ਅਸੀਂ ਸ਼ਾਰਟ ਕੰਮ ਕਰ ਰਹੇ ਹਾਂ ਔਰ ਬਕਾਇਦਾ ਸਿਕਿਉਰਿਟੀ ਨੇ ਤੈਤ ਕਰ ਰਹੇ ਹਾਂ ਫਾਰਮ ਫਿਲ ਕਰ ਰਹੇ ਹਾਂ ਚੈੱਕ ਲੈ ਰਹੇ ਹਾਂ ਗਰੰਟਰ ਲੈ ਰਹੇ ਹਾਂ ਹਰ ਬੰਦੇ ਕੀ ਮਤਲਬ ਅਸੀਂ ਨਾ ਓਪਨ ਨਾ ਕਰ ਕੇ ਜੋ ਬੰਦਾ ਆਇਆ ਤੇ ਚੀਜ਼ ਦੇ ਦਿੱਤੀ ਤੁਸਾਂ ਜਨਾਬ ਮੁਕਮਲ ਸਾਖਬ ਸਾਹਿਬ ਦੀ ਗੱਲ ਸੁਣੀ ਹੈ ਕਿ ਮੁਗਲਾ ਬਾਦ ਚ ਨਾ ਇਹ ਕੰਪਨੀ ਨੇ ਹਰ ਚੀਜ਼ ਯਾਨੀ ਕਿ ਤੁਸੀਂ ਵੀਡੀਓ ਚੈੱਕ ਕਰ ਸਕਨੇ ਹੋ ਹਰ ਚੀਜ਼ ਨਹੀਂ ਜਨਾਬੇ ਤੇ ਤੁਸੀ ਸਹੂਲਤ ਮੌਜੂਦ ਮਿਲ ਸੇ ਇੱਕ ਛੋਟੀ ਜੀ ਇਹ ਰਿਕੁਐਸਟ ਹੈ ਕਿ ਅਸਾਂ ਦੇ ਕਸਟਮਰ ਜਿਹੜੇ ਨੇ ਮੋਸਟਲੀ ਗ੍ਰਾਮਾਚੇ ਵਿਰਵਾਜ ਆ ਕੇ ਉਹ ਜੀ ਦੀਨਾ ਚਲੋ ਜੇਲਮ ਚਲੋ ਚਕਵਾਲ ਚਲੋ ਜੀ ਉਤੋਂ ਅੱਛੀ ਚੀਜ਼ ਮਿਲੇਗੀ ਠੀਕ ਹੈ ਮਤਲਬ ਲੋਕਾਂ ਦੇ ਜ਼ਹਿਨ ਹੈ ਕਿ ਅੱਛੀ ਚੀਜ਼ ਮਿਲੇਗੀ ਜਾਂ ਅੱਛਾ ਰੇਟ ਮਿਲੇਗਾ ਲੇਕਿਨ ਮੈਂ ਇੱਕ ਰਿਕੁਐਸਟ ਕਰਾਂਗਾ ਕਿ ਕਿਸੇ ਜਗ੍ਹਾ ਤੱਕ ਜਾਣ ਤੋਂ ਪਹਿਲਾਂ ਇੱਕ ਦਫ਼ਾ ਅਸਾਂ ਦੇ ਰੇਟ ਤੇ ਚ

ਲਓ ਜੀ ਸਾਕੋ ਬਾਈ ਆਖਿਆ ਕਿ ਜਿਹੜੀ ਚੀਜ਼ ਤੁਸੀਂ ਇੱਥੇ ਚੈੱਕ ਕਰੋ ਉਹ ਚੀਜ਼ ਤੁਸੀਂ ਸ਼ਹਿਰ ਚੈੱਕ ਕਰੋ ਇੱਥੇ ਸਸਤੀ ਮਿਲਸੀ ਮੁਗਲਾਬਾਦ ਸ਼ਹਿਰ ਵਿੱਚ